ਲੋ ਜੀ ਮੈਂ ਪਲੇਟਫਾਰਮ ਤੇ ਫੇਰਨਾ ਪਿਆ ਤੇ ਇਹ ਬੈਂਚ ਵੇਖ ਕੇ ਨਾ ਤੇ ਮੇਰਾ ਦਿਲ ਕੀਤਾ ਕਿ ਮੈਂ ਬਜ਼ੁਰਗਾਂ ਨਾਲ ਥੋੜੀਆਂ ਗੱਲਾਂ ਕਰਾਂ ਉਹਨਾਂ ਦੇ ਕਦਮਾਂ 'ਚ ਬਹਿ ਕੇ ਉਹਨਾਂ ਦੇ ਬਰਾਬਰ ਤੇ ਨਹੀਂ ਬਹਿਣਾ ਕਿਉਂਕਿ ਉਹ ਬਜ਼ੁਰਗ ਤੇ ਨਹੀਂ ਲੇਕਿਨ ਮੈਨੂੰ ਫੀਲ ਹੋ ਰਿਹਾ ਕਿ ਬਜ਼ੁਰਗ ਇੱਥੇ ਹੀ ਨੇ ਉਹਨਾਂ ਦੀਆਂ ਗੱਠਣੀਆਂ ਪਈਆਂ ਨੇ ਸਮਾਨ ਪਿਆ ਉਹਨਾਂ ਦੇ ਕੋਲ ਔਰ ਆਸ-ਪਾਸ ਬੱਚਿਆਂ ਨੇ ਵੀ ਆਵਾਜ਼ਾਂ ਦੇ ਰਹੇ ਨੇ ਕਿ ਗਾਣਾ ਜਾਣਾ ਗੱਡੀ ਆ ਜਾਣੀ ਏ ਗੁੰਮ ਨਾ ਹੋ ਜਾਣਾ ਅਸਸਲਾਮ ਵਾਲੇਕੁਮ ਦੋਸਤੋ ਮੈਂ ਔਰੰਗਜ਼ੇਬ ਬੇਗ ਇੱਕ ਨਵੀਂ ਵੀਡੀਓ ਤੁਹਾਡੀ ਖਿਦਮਤ ਵਿੱਚ ਹਾਜ਼ਰ ਐਸ ਵੇਲੇ ਮੈਂ ਮੌਜੂਦ ਹਾਂ ਉਗੋ ਕੀ ਰੇਲਵੇ ਸਟੇਸ਼ਨ ਇਹ ਵੀ ਅੰਗਰੇਜ਼ ਦੌਰ ਦਾ ਬਣਾਇਆ ਸਟੇਸ਼ਨ ਔਰ ਇਹਦੀਆਂ ਵੀ ਬੜੀਆਂ ਯਾਦਾਂ ਨੇ 1947 ਦੀ ਪਾਰਟੀਸ਼ਨ ਨਾਲ ਕਿਉਂਕਿ ਇਥੋਂ ਹਿੰਦੂ ਸਿੱਖ ਖੱਤਰੀ ਟ੍ਰੇਨਾਂ ਲੈ ਕੇ ਤੇ ਸਿਆਲਕੋਟ ਤੋਂ ਸਿਆਲਕੋਟ ਤੋਂ ਜੰਮੂ ਜਾਂ ਫਿਰ ਸਿਆਲਕੋਟ ਤੋਂ ਜਸੜ ਡੇਰਾ ਬਾਬਾ ਨਾਨਕ ਕੇਸਨ ਉਹ ਪਲੇਟਫਾਰਮ ਅੱਜ ਵੀ ਉਹਨਾਂ ਬਜ਼ੁਰਗਾਂ ਦੀ ਰਾਹ ਤੱਕਦੇ ਨੇ ਜਿਹੜੇ ਕਦੀ ਇਥੋਂ ਸਫ਼ਰ ਕਰਦੇ ਹੁੰਦੇ ਸਨ ਉਹ ਲਾਈਨਾਂ ਉਹ ਪਟੜੀਆਂ ਉਹ ਬਿਲਡਿੰਗ ਜਿਹੜੀ ਕਿ origignal ਹਾਲ ਵਿੱਚ ਮੌਜੂਦ ਹੈ ਜਿਵੇਂ ਕਿ ਤੁਸੀਂ ਬੋਰਡ ਵੀ ਮੇਰੇ ਪਿੱਛੇ ਦੇਖ ਰਹੇ ਹੋਗੀ ਇਹ ਸਿਆਲਕੋਟ ਤੋਂ ਵਜ਼ੀਰਾਬਾਦ ਰੇਲਵੇ ਲਾਈਨ ਦੇ ਵਾਕਿਆ ਸਟੇਸ਼ਨ ਹੈਗਾ ਔਰ ਸਿਆਲਕੋਟ ਤੋਂ ਜਦੋਂ ਟ੍ਰੇਨ ਵਜ਼ੀਰਾਬਾਦ ਜਾਂਦੀ ਤੇ ਪਹਿਲਾ ਸਟੇਸ਼ਨ ਉੱਗੋ ਕੀ ਆਂਦਾ ਤੇ ਇਸ ਤੋਂ ਅੱਗੇ ਫਿਰ ਜਿਹੜਾ ਨਾ ਉਹ ਸੌ ਵਾਲਾ ਸੰਭੜਿਆਲ ਅਗਲੇ ਸਟੇਸ਼ਨ ਨੇ ਤੇ ਚਲੋ ਜੀ ਤੁਹਾਨੂੰ ਬਜ਼ੁਰਗਾਂ ਦੀਆਂ ਯਾਦਾਂ ਸ਼ੇਅਰ ਕਰਨੇ ਆ ਤੇ ਵੇਖਨੇ ਆ ਕਿ ਉੱਗੋ ਕੀ ਸਟੇਸ਼ਨ ਜਿਹੜਾ ਕਿ ਐਸ ਵੇਲੇ ਜਿਹੜੀ ਵੀ ਹਾਲਤ ਦੇ ਵਿੱਚ ਜਾ ਕੇ ਵੇਖਨੇ ਕਿ ਐਸ ਵੇਲੇ ਕਿਸ ਹਾਲਤ ਦੇ ਵਿੱਚ ਉੱਗੋ ਕੀ ਸਟੇਸ਼ਨ ਸਿਆਲਕੋਟ ਅੱਛਾ ਦੋਸਤੋ ਮੈਂ ਇਸ ਵੇਲੇ ਖੜਾ ਮਾਂ ਉੱਗੋ ਕੀ ਸਟਾਪ ਦੇ ਉੱਤੇ ਔਰ ਇਹ ਮੇਰੇ ਰਾਈਟ ਸਾਈਡ ਦੇ ਉੱਤੇ ਇਹ ਸਕੂਲ ਦੀ ਹਮਾਰਤ ਹੈਗੀ ਇਹ ਇਹ ਉੱਤੇ ਇੰਗਲਿਸ਼ ਵੀ ਲਿਖਿਆ ਹੈ ਥੱਲੇ ਉਰਦੂ 'ਚ ਵੀ ਲਿਖਿਆ ਜੀ ਗਵਰਨਮੈਂਟ ਹਾਇਰ ਸਕੈਂਡਰੀ ਸਕੂਲ ਉਗੋ ਕੀ ਸਿਆਲਕੋਟ ਤੇ ਇਹ ਜਨਾਬ ਰੋਡ ਹੈਗਾ ਜਿਹੜਾ ਵਜ਼ੀਰਾਬਾਦ ਨੂੰ ਜਾ ਰਿਹਾ ਔਰ ਮੇਰੀ ਬੈਕ ਸਾਈਡ ਤੇ ਵੈ ਸਿਆਲਕੋਟ ਸਿਟੀ ਤੇ ਇੱਥੋਂ ਅਗਰ ਵਜ਼ੀਰਾਬਾਦ ਨੂੰ ਤੁਹਾਡਾ ਮੂੰਹ ਹੋਏ ਤੇ ਲੈਫਟ ਸਾਈਡ ਦੇ ਉੱਤੇ ਹੈ ਚੌੜਾ ਜਿਹਾ ਗਲਾ ਚੌੜੀ ਸੜਕ ਇਹ ਜਾ ਰਹੀ ਅੰਦਰ ਔਰ ਇਹ ਜਾ ਰਹੀ ਸਿੱਧੀ ਉਗੋ ਕੀ ਦਾ ਤਾਰੀਖੀ ਰੇਲਵੇ ਸਟੇਸ਼ਨ ਉਹ ਜਿੱਥੇ ਦਰਖਤ ਨਜ਼ਰ ਆ ਰਹੇ ਨੇ ਉਹ ਸਟੇਸ਼ਨ ਉੱਥੋਂ ਸ਼ੁਰੂ ਹੋ ਜਾਂਦਾ ਠੀਕ ਹੈ ਨਾ ਇਹ ਬੜੀ ਚੌੜਾ ਜਿਹਾ ਹਾਤਾ ਬਣਿਆ ਹੈ ਔਰ ਅੱਗੇ ਜਾ ਕੇ ਤਰੀਹੀ ਰੇਲਵੇ ਸਟੇਸ਼ਨ ਜਿਹੜਾ ਕਿ ਉਗੋ ਕੀ ਉਗੋ ਕੀ 1947 ਦੀ ਜਦ ਪਾਰਟੀਨ ਹੋਈ ਤੇ ਕਸਬਾ ਹੁੰਦਾ ਸੀ ਮਤਲਬ ਇੱਕ ਪਿੰਡ ਵੱਡਾ ਪਿੰਡ ਹੁੰਦਾ ਸੀ ਹੁਣ ਇਹ ਸ਼ਹਿਰ ਨਵਾਂ ਬਣ ਗਿਆ ਇਨੀ ਕੋ ਆਬਾਦੀ ਹੋ ਗਈ ਹੈ ਇੱਕ ਦੌਰ ਸੀ ਜਦੋਂ ਇੱਥੇ ਟਾਂਗੇ ਖੜੇ ਹੋ ਕੇ ਮੁਸਾਫਰਾਂ ਦਾ ਇੰਤਜ਼ਾਰ ਕਰਦੇ ਹੁੰਦੇ ਸਨ ਔਰ ਉਸ ਤੋਂ ਪਿੱਛੇ ਚੱਲੇ ਚਲੇ ਜਾਈਏ ਤੇ ਫਿਰ ਗੱਡੇ ਲੇਕਿਨ ਅੱਜ ਹਰ ਚੀਜ਼ ਮੌਜੂਦ ਹੈ ਇਟਾਂ ਮੌਜੂਦ ਨੇ ਬਿਲਡਿੰਗ ਮੌਜੂਦ ਹੈ ਲੇਕਿਨ ਉਹ ਲੋਕ ਮੌਜੂਦ ਨਹੀਂ ਅੰਦਰ ਚਲਦੇ ਹਾਂ ਜੀ ਇਹ ਆ ਗਿਆ ਛੋਟਾ ਸਾਹ ਮੁਸਾਫਰਖਾਨਾ ਵੇਟਿੰਗ ਏਰੀਆ ਪੁਰਾਣੇ ਬੈਂਚ ਆਏ ਤੇ ਇਹ ਘੜੇ ਰੱਖਣ ਵਾਸਤੇ ਮਟਕੇ ਪਾਣੀ ਕੇ ਮਟਕੇ ਰੱਖਣੇ ਲਈ ਘੜੇ ਰੱਖੇ ਜਾਂਦੇ ਸਨ ਇਹਦੇ ਵਿੱਚ ਟੋਇਆਂ ਦੇ ਵਿੱਚ ਕੇ ਉਹ ਉਲਟ ਨਾ ਜਾਣ ਇਹ ਜੀ ਬਿਲਕੁਲ ਪੁਰਾਣੀ ਸੀਟੇ ਆ ਜਹਾਂ ਪਰ ਜੋ ਹੈ ਨਾ ਉਹ ਬਜ਼ੁਰਗੋ ਕੀ ਯਾਦਾਂ ਹੈ ਲੇਕਿਨ ਬਜ਼ੁਰਗ ਨਹੀਂ ਹੈ ਯਹਾਂ ਪੇ ਹਾਏ ਕਿਤਨਾ ਉਜਾੜ ਲੱਗ ਰਿਹਾ ਹੈ ਸਾਹਮਣੇ ਟਿਕਟ ਘਰ ये जनाब टिकट घर आप देख सकते हैं ये भी वो पुराने वक्तों का भाई बना हुआ है जब अंग्रेज़ ने ये बनाया था तो आज देखो जी किराया नामा लिखा है इतने वज़ीराबाद सियालकोट समल झिंडा पसरूर किला सोबा सिंह लाहौर नारोवाल तो ट्रेन सिर्फ चलती है एक अलामा इकबाल एक एक्सप्रेस जी वज़ीराबाद तो आंदी है सियालकोट और फिर लाहौर कराची आती है अच्छा ये जनाब जो अभी आपको मैंने मुसाफरखाना और टिकट घर दिखाया ਐਨਾਲ ਸਟੇਸ਼ਨ ਮਾਸਟਰਸ ਦਾ ਕਮਰਾ ਔਰ ਬਹੁਤ ਹੀ ਇਹਥੇ ਜਨਾਬ ਰਸ਼ ਹੁੰਦਾ ਸੀ ਜਿਹੜਾ ਕਿ ਇਥੇ ਲੋਕਾਂ ਨੇ ਦੱਸਿਆ ਸਾਨੂੰ ਤੇ ਇਹ ਜਨਾਬ ਦੋ ਪਟੜੀਆਂ ਐ ਸਿਆਲਕੋਟ ਨੂੰ ਜਾ ਰਹੀ ਹੈ ਐ ਸਾਹਮਣੇ ਆਬਾਦੀ ਹੈ ਜਿਹੜੀਆਂ ਕਿ ਪਹਿਲੀਆਂ ਹੁੰਦੀਆਂ ਸਨ ਬਿਲਕੁਲ ਇਹ ਸਿਆਲਕੋਟ ਤੋਂ ਉੱਗੋ ਕੀ ਤੋਂ ਬਾਹਰ ਸਟੇਸ਼ਨ ਬਣਿਆ ਸੀ ਤੇ ਐਸਾਈ ਨੂੰ ਆ ਗਿਆ ਜਨਾਬ ਵਜ਼ੀਰਾਬਾਦ ਸੰਬੜੇ ਆ ਆ ਜਨਾਬ ਇੱਕ ਦਰਖਤ ਹੈ ਇਹ ਪੁਰਾਣਾ ਨਹੀਂ ਲੇਕਿਨ ਲੱਗ ਐਸਰੇ ਰਿਹਾ ਕਿ ਜਿਸ ਤਰ੍ਹਾਂ ਵੀ ਬਹੁਤ ਪੁਰਾਣਾ ਹੈ ਤੇ ਹੁਣ ਮੈਂ ਆ ਗਿਆ ਉਸ ਪਲੇਟਫਾਰਮ ਦੇ ਉੱਤੇ ਜਿੱਥੇ ਜਦੋਂ 1947 ਦੀ ਪਾਰਟੀਸ਼ਨ ਹੋਈ ਤੇ ਜਿਹੜੇ ਸਿੱਖ ਔਰ ਹਿੰਦੂ ਸਨ ਖੱਤਰੀ ਸਨ ਮਹਾਜਨ ਸਨਿਆਰੇ ਜੈਨ ਜਿਹੜੇ ਵੀ ਤਰ੍ਹਾਂ ਦੇ ਲੋਕ ਸਨ ਗੈਰ ਮੁਸਲਮ ਉਹ ਜਨਾਬ ਐਸੇ ਪਲੇਟਫਾਰਮ ਦੇ ਉੱਤੋਂ ਉਹ ਟ੍ਰੇਨ ਲੈ ਕੇ ਇੰਡੀਆ ਦੇ ਇਲਾਕਿਆਂ ਚ ਗਏ ਤੇ ਇਹ ਕੋਈ ਪਿਆਰ ਇੱਥੇ ਪਤਾ ਨਹੀਂ ਵਿਚਾਰਾ ਬੇਘਰ ਕੋਈ ਨਸ਼ਈ ਪਿਆ ਇਹਨਾਂ ਦੀ ਵਿਕੀ ਜ਼ਿੰਦਗੀ ਹੁੰਦੀ ਹੈ ਤੇ ਇਹ ਜਨਾਬ ਉਹੀਰ ਏਰੀਆ ਤੁਸੀਂ ਕਦੀ ਆਪਣੇ ਆਪ ਨੂੰ ਵੀਡੀਓ ਦੇਖਦਿਆਂ ਉਸ ਦੌਰ ਚ ਲੈ ਜਾਇਆ ਕਰੋ ਜਦੋਂ ਤੁਹਾਨੂੰ ਖਿਆਲ ਹੋਏ ਕਿ ਇੱਥੇ ਬਜ਼ੁਰਗ ਬੈੰਦੇ ਹੋਣਗੇ ਇੱਥੇ ਮਾਈਆਂ ਬਾਬੇ ਬੱਚੇ ਸਾਰੇ ਬੈਚੂ ਕੇ ਕਿਉਂਕਿ ਬੈਂਚ ਆ ਗਿਆ ਪੁਰਾਣਾ ਤੇ ਬੈਂਚ ਦੇ ਨਾਲ ਹੀ ਆ ਜਨਾਬ ਇਕ ਇਹ ਪੁਰਾਣਾ ਦਰਖਤ ਹੈ ਗਿਆ ਇਹ ਦੇਖੋ ਨਾ ਇਹਦੀ ਸ਼ਕਲ ਹੀ ਲੱਗ ਰਹੀ ਹੈ ਔਰ ਮੈਨੂੰ ਦੱਸਿਆ ਵੀ ਗਿਆ ਇੱਥੇ ਇੱਕ ਬਜ਼ੁਰਗ ਨੇ ਕਿਹਾ ਦਰਖਤ 1947 ਤੋਂ ਪਹਿਲੇ ਦਾ ਹੈ ਠੀਕ ਹੈ ਜਨਾਬ ਲੋ ਜੀ ਮੈਂ ਪਲੇਟਫਾਰਮ ਤੇ ਫੇਰਨਾ ਪਿਆ ਤੇ ਆ ਬੈਂਚ ਵੇਖ ਕੇ ਨਾ ਤੇ ਮੇਰਾ ਦਿਲ ਕੀਤਾ ਹੈ ਕਿ ਮੈਂ ਬਜ਼ੁਰਗਾਂ ਨਾਲ ਥੋੜੀਆਂ ਗੱਲਾਂ ਕਰਾਂ ਉਹਨਾਂ ਦੇ ਕਦਮਾਂ 'ਚ ਬਹਿ ਕੇ ਉਹਨਾਂ ਦੇ ਬਰਾਬਰ ਤੇ ਨਹੀਂ ਬਹਿਣਾ ਕਿਉਂਕਿ ਉਹ ਬਜ਼ੁਰਗ ਤੇ ਨਹੀਂ ਲੇਕਿਨ ਮੈਨੂੰ ਫੀਲ ਹੋ ਰਿਹਾ ਕਿ ਬਜ਼ੁਰਗ ਇੱਥੇ ਹੀ ਨੇ ਉਹਨਾਂ ਦੀਆਂ ਗੱਠਣੀਆਂ ਪਈਆਂ ਨੇ ਸਮਾਨ ਪਿਆ ਉਹਨਾਂ ਦੇ ਕੋਲ ਹੈ ਔਰ ਆਸ-ਪਾਸ ਬੱਚਿਆਂ ਨੂੰ ਵੀ ਆਵਾਜ਼ਾਂ ਦੇ ਰਹੇ ਨੇ ਕਿ ਓਏ ਗਾਂ ਨਾ ਜਾਣਾ ਗੱਡੀ ਆ ਜਾਣੀ ਏ ਗੁੰਮ ਨਾ ਹੋ ਜਾਣਾ ਗਵਾਚ ਨਾ ਜਾਣਾ ਫਿਰ ਆਖਣਾ ਕਾਕਾ ਗਾਂ ਹੋ ਕੇ ਵੇਖੋ ਸਿਗਨਲ ਡਾਊਨ ਹੋਇਆ ਕਿ ਨਹੀਂ ਔਰ ਸਿਆਲਕੋਟ ਵਾਲੀ ਗੱਡੀ ਕਿਦੋਂ ਆਣੀ ਏ ਵਜ਼ੀਰਾਬਾਦ ਵਾਲੀ ਕਿਦੋਂ ਜਾਣੀ ਏ ਲੇਕਿਨ ਹੁਣ ਇਹ ਆਵਾਜ਼ਾਂ ਨਹੀਂ ਆ ਰਹੀਆਂ ਇਹ ਆਵਾਜ਼ਾਂ ਬਿਲਕੁਲ ਗਾਇਬ ਹੋ ਚੁੱਕੀਆਂ ਨੇ ਤੇ ਸਿਰਫ ਯਾਦਾਂ ਹੀ ਰਹਿ ਚੁੱਕੀਆਂ ਨੇ ਅੱਛਾ ਅਫਸੋਸ ਨਾ ਕਰ ਰਿਹਾ ਵੀ ਕਿ ਇਹ ਹਰੇ ਰੇਲਵੇ ਦਾ ਹਿੱਸਾ ਏ ਇਹ ਤੁਹਾਨੂੰ ਇੱਕ ਲਿਵਰ ਨਜ਼ਰ ਆ ਰਿਹਾ ਲੋਹੇ ਦਾ ਜਿਹਦਾ ਮਤਲਬ ਇਹ ਮਕਸਦ ਸੀ ਕਿ ਜਿਹੜੀ ਲੂਪ ਲਾਈਨ ਨੇ ਉਹਨੂੰ ਚੇਂਜ ਕਰਨਾ ਕਾਂਟਾ ਚੇਂਜ ਕਰਨਾ ਲੇਕਿਨ ਇਹਦੇ ਚਾਰੋਂ ਤਰਫ ਰੂੜੀ ਲੱਗੀ ਏ ਗੰਦ ਪਿਆ ਬਸ ਅਫਸੋਸ ਔਰ ਸ਼ਰਮਿੰਦਗੀ ਏ ਔਰ ਉਹਨਾਂ ਲੋਕਾਂ ਵਾਸਤੇ ਜਿਨ੍ਹਾਂ ਗੰਦ ਸੁਟਿਆ ਜਾਂ ਜਿਹੜੇ ਨਹੀਂ ਚੁੱਕਰੇ ਕਿ ਇਹ ਦੇਖੋ ਇੱਥੋਂ ਇਹ ਲਾਈਨ ਦਾ ਕਾਂਟਾ ਜਿਹੜਾ ਨਾ ਉਹ ਚੇਂਜ ਕੀਤਾ ਜਾਂਦਾ ਹੁੰਦਾ ਸੀ ਆ ਦੇਖੋ ਨਾ ਦੋ ਲਾਈਨਾਂ ਹੋ ਗਈਆਂ ਇੱਕ ਰਾਈਟ ਸਾਈਡ ਤੇ ਜਾ ਰਹੀ ਜਿਹੜੀ ਬਿਲਕੁਲ ਖੰਡਰ ਬੰਨ ਚੁੱਕੀ ਹੈ ਪਤਾ ਨਹੀਂ ਕਿੱਥੇ ਜਾ ਰਹੀ ਹੈ ਜੰਗਲ 'ਚ ਤੇ ਇੱਕ ਜਾ ਰਹੀ ਸਿੱਧੀ ਜਿਹੜੀ ਸੰਭੜੇ ਆਲੂ ਜਾ ਰਹੀ ਹੈ ਵਜ਼ੀਰਾਬਾਦ ਨੂੰ ਜਾ ਰਹੀ ਹੈ ਠੀਕ ਹੈ ਨਾ ਤੇ ਮੇਰੀ ਬੈਕ ਸਾਈਡ ਤੇ ਹੈਗਾ ਸਿਆਲਕੋਟ ਬਹੁਤ ਸਾਰੇ ਇੱਥੋਂ ਜਿਹੜੇ ਸਿੱਖ ਔਰ ਹਿੰਦੂ ਗਏ ਨੇ ਉਹਨਾਂ ਇੰਟਰਵਿਊ ਦਿੱਤੇ ਨੇ ਔਰ ਉਹਨਾਂ ਨੇ ਇਹ ਸਟੇਸ਼ਨ ਦਾ ਵੀ ਜ਼ਿਕਰ ਕੀਤਾ ਹੈ ਕਿ ਕਿਸ ਤਰ੍ਹਾਂ ਉਹ ਇੱਥੋਂ ਟ੍ਰੇਨਾਂ ਫੜ ਕੇ ਸਫ਼ਰ ਕਰਦੇ ਹੁੰਦੇ ਸਨ ਐ ਜਨਾਬ ਉੱਗੋ ਕੀ ਜਿਹੜਾ ਨਾ ਇਹ ਹੈਗਾ ਸਿਆਲਕੋਟ ਔਰ ਸੰਭੜੇ ਆਲ ਦੇ ਦਰਮਿਆਨ ਸਿਆਲਕੋਟ ਤੋਂ ਤਕਰੀਬਨ 8 ਕੁ ਕਿਲੋਮੀਟਰ ਦ ਤੇ ਇਹ ਅੱਜ ਬਹੁਤ ਵੱਡਾ ਕਸਬਾ ਬਣ ਚੁੱਕਿਆ ਇੱਥੇ ਹੁੰਦਾ ਸੀ ਬਹੁਤ ਵੱਡਾ ਇੱਕ ਰਾਇਸ ਚੌਧਰੀ ਪ੍ਰਤਾਪ ਸਿੰਘ ਰਾਏ ਉਹਦਾ ਇੱਥੇ ਬੜਾ ਵੱਡਾ ਘਾਰ ਸੀ ਲੇਕਿਨ ਉਹ ਵੀ ਹੁਣੇ ਪਿਛਲੇ ਦਿਨਾਂ ਮੈਂ ਇੱਕ ਵੀਡੀਓ ਬਣਾਈ ਏ ਉਹ ਟੱਟ ਗਿਆ ਯਾਨੀ ਕਿ ਜਿਨ੍ਹਾਂ ਨੇ ਖਰੀਦਿਆ ਉਹ ਘਾਰ 50 ਲੱਖ ਦਾ ਉਹਨਾਂ ਨੇ ਉਹ ਧਾਗਤ ਹੈ ਤਾਂ ਕਿ ਉਹ ਨਵੀਂ ਤਾਮੀਰ ਉਥੇ ਕਰਨ ਤੇ ਇਹ ਜਨਾਬ ਸਟੇਸ਼ਨ ਸੀ ਕਿਉਂਕਿ ਮੈਂ ਦਾ ਚਾ ਕਿ ਸਟੇਸ਼ਨਾਂ ਦੇ ਨਾਲ ਬੜੀਆਂ ਯਾਦਾਂ ਬੱਸਤਾਂ ਨੇ ਔਰ ਬਜ਼ੁਰਗਾਂ ਦੀਆਂ ਯਾਦਾਂ ਤੇ ਹੋਂ ਇੱਥੇ ਸਿਰਫ ਇੱਕ ਟ੍ਰੇਨ ਚੱਲਦੀ ਹੈ ਇਧਰੋਂ ਵਜ਼ੀਰਾਬਾਦ ਵਾਲੀ ਸਾਈਡ ਤੋਂ ਆਂਦੀ ਹੈ ਸਟੇਸ਼ਨ ਤੇ ਬਵਰ ਹੋਂ ਕੁੰਦੀ ਸੀ ਸਟੇਸ਼ਨ ਤੇ ਵੀ ਕੋਈ ਰੋੜ ਹੋਂ ਨਹੀਂ ਸਿਰਫ ਸਟੇਸ਼ਨ ਹੀ ਤੇ ਸੁੰਦਾ ਨਹੀਂ ਤੁਸੀਂ ਸਟੇਸ਼ਨ ਤੇ ਜਦੋਂ ਜਾਂਦੇ ਹੁੰਦੇ ਹੋ ਜਦੋਂ ਅਰੂਜ ਹੁੰਦਾ ਸੀ ਤੇ ਟ੍ਰੇਨਾਂ ਵਾਵਾ ਚੱਲਦੀਆਂ ਹੁੰਦੀਆਂ ਆ ਤਿੰਨ ਚਾਰ ਘੰਟੀਆਂ ਚੱਲਦੀਆਂ ਹਨ ਤਿੰਨ ਚਾਰ ਚੱਲ ਤੇ ਕਰਾਇਆ ਕਿੰਨਾ ਕੁ ਲੈਂਦਾ ਹੁੰਦਾ ਨਿੰਸਾ ਆ ਲੱਗਦੇ ਦੋ ਹਨ ਦੋ ਹਨ ਕਰਾ ਲੱਗਦਾ ਚਾਰ ਰੋੜ ਦਾ ਆਉਣ ਲੱਗਿਆਂ ਵੀ ਦੋ ਹਨ ਜਾਣ ਲੱਗਿਆਂ ਵੀ ਦੋ ਗੱਡੀ ਦੇ ਤੇ ਤਿੰਨਾਂ ਨੇ ਲਾਰੀ ਦੇ ਤਿੰਨਾਂ ਨੇ ਉਨਹੇ ਸਾਹਿਬ ਉਗੋ ਕੀ ਰੇਲਵੇ ਸਟੇਸ਼ਨ ਬੜਾ ਤਰੀਕੀ ਔਰ ਕਦੀਮੀ ਜਿਹੜਾ ਕਿ 1947 ਦੀ ਪਾਰਟੀਸ਼ਨ ਤੋਂ ਪਹਿਲੇ ਦਾ ਬ੍ਰਿਟਿਸ਼ ਦੌਰ ਦਾ ਬਣਿਆ ਹੈ ਤੇ ਇਹ ਉਗੋ ਕੀ ਵੀ ਬਹੁਤ ਜ਼ਿਆਦਾ ਇੱਥੇ ਸਿੱਖ ਰਹਿੰਦੇ ਹੁੰਦੇ ਸਨ ਖੱਤਰੀਆਂ ਦੀਆਂ ਦੁਕਾਨਾਂ ਸਨ ਔਰ ਸਿੱਖ ਜ਼ਿਮੀਦਾਰ ਸਨ ਤੇ ਪਾਰਟੀਸ਼ਨ ਹੋਈ ਜਦੋਂ ਤੇ ਫਿਰ ਇੱਥੋਂ ਵੀ ਬਹੁਤ ਜ਼ਿਆਦਾ ਜਿਹੜੇ ਗੈਰ ਮੁਸਲਮਨ ਸਨ ਉਹਨਾਂ ਦੇ ਕਾਫਲੇ ਉਹਨਾਂ ਦੇ ਜਥੇ ਟ੍ਰੇਨਾਂ ਪਾੜ ਕੇ ਤੇ ਕੁਝ ਗਏ ਜੰਮੂ ਨੂੰ ਤੇ ਕੁਝ ਗਏ ਨਾਰਵਾਲ ਡੇਰਾ ਬਾਬਾ ਨਾਨਕ ਨੂੰ ਅਛਾ ਜਿਹੜੀਆਂ ਰੇਲਵੇ ਪਟੜੀਆਂ ਨੇ ਇਹ ਵੀ ਜਗ ਜੀ ਹੁੰਦਿਆਂ ਨੇ ਮੇਲੇ ਵੇ ਦੇਖੋ ਨਾ ਇਹ ਹੁਣ ਇਹਦੀ ਕੀ ਹਾਲਤ ਹੈ ਟ੍ਰੇਨਾਂ ਨਾ ਚੱਲਣ ਦੀ ਵਜ੍ਹਾ ਦੇ ਨਾਲ ਇਹ ਲੱਗਦਾ ਹੈ ਜਿਸ ਤਰ੍ਹਾਂ ਕੋਈ ਰੂੜੀਆਂ ਵਾਲਾ ਏਰੀਆ ਹੈ ਮੈਂ ਇਸ ਮੌਕੇ ਤੇ ਦਰਖਾਸਤ ਕਰਾਂਗਾ ਆਪਣੀ ਹਕੂਮਤ ਨੂੰ ਮਹਿਕਮਾ ਰੇਲਵੇ ਨੂੰ ਕਿ ਕਮਜ਼ ਕਮ ਇੱਥੋਂ ਇੱਕ ਬੰਦਾ ਤੁਸੀਂ ਰੱਖ ਲਵੋ ਸਫਾਈ ਕਰਨ ਵਾਲਾ ਜਿਹੜਾ ਕਾਗਜ਼ ਕੁਕਸ ਚੋੱਕੇ ਜਾਂ ਇਹਦੀ ਜਿਹੜੀ ਸਫਾਈ ਕਰਦੇ ਇਹ ਸਾਡਾ ਸਾਸਾ ਹੈ ਦੋਸਤੋ ਮੈਂ ਜਦੋਂ ਪੁਰਾਣੀਆਂ ਚੀਜ਼ਾਂ ਦੀ ਇਮਾਰਤਾਂ ਦੀ ਸਟੇਸ਼ਨਾਂ ਦੀ ਪੁਲਾਂ ਦੀ ਬ੍ਰਿਜਸ ਦੀ ਵੀਡੀਓ ਬਣਾਉਣਾ ਤੇ ਮੈਂ ਉਹ ਇਹ ਨਹੀਂ ਕਿ ਕੈਮਰਾ ਫੜ ਕੇ ਤੇ ਵਸ ਚਲਾ ਜਾਣਾ ਬਾਅਦ ਉੱਥੇ ਜਾ ਕੇ ਤੇ ਵੀਡੀਓ ਸ਼ੁਰੂ ਕਰ ਦੇਣਾ ਮੈਂ ਉੱਥੇ ਜਾ ਕੇ ਜਦੋਂ ਵੇਖਣਾ ਤੇ ਮੇਰਾ ਆਟੋਮੈਟਿਕਲੀ ਜਿਹੜਾ ਨਾ ਉਹ ਜ਼ਿਹਨ ਉਸ ਸੁਬਾਨੇ ਚ ਚਲਾ ਜਾਂਦਾ ਜਦੋਂ ਮੈਂ ਪੈਦਾ ਵੀ ਨਹੀਂ ਹੋਇਆ ਸੀ ਲੇਕਿਨ ਉਹ ਫੀਲਿੰਗਸ ਐਸੀਆ ਮੈਨੂੰ ਆਂਦੀਆਂ ਨੇ ਕਿ ਬਜ਼ੁਰਗਾਂ ਦੇ ਉਹ ਹੀ ਮਾਸੂਮ ਚਿਹਰੇ ਮੇਰੇ ਜ਼ਿਹਨ ਅਗੇ ਆ ਜਾਂਦੇ ਨੇ ਜਨਾਬ ਉਹਨਾਂ ਦੇ ਜਿਹੜੇ ਨੇ ਬੇਬਸ ਚਿਹਰੇ ਜਦੋਂ ਕਿ ਮਜਬੂਰ ਹੁੰਦੇ ਨੇ ਉਹੀ ਬਸੀਦਾ ਕਪੜੇ ਪਿੰਡਾਂ ਦੇ ਵਿੱਚ ਸਿਰਫ ਕੰਮ ਹੀ ਕੰਮ ਕਰਨਾ ਕੁਝ ਲੋਕ ਅਮੀਰ ਹੁੰਦੇ ਸਨ ਜ਼ਿਆਦਾ ਗਰੀਬ ਤੇ ਫਿਰ ਜਦੋਂ ਪਾਰਟੀਸ਼ਨ ਹੋਈ ਤੇ ਫਿਰ ਉਹ ਜਦੋਂ ਖਾਸ ਤੌਰ ਤੇ ਗਏ ਨੇ ਤੇ ਉਹ ਦਿਨ ਐਸੇ ਸਨ ਕਿ ਜਦੋਂ ਮੈਂ ਵੇਖਣਾ ਨਾ ਜਾਂ ਮੈਂ ਤਸਵੀਰਾਂ ਵੇਖਣਾ ਵੀਡੀਓਜ਼ ਵੇਖਣਾ ਜਾਂ ਮੈਂ ਹਿਸਟਰੀ ਪੜ੍ਹਨਾ ਤੇ ਬੜਾ ਅਫਸੋਸ ਹੁੰਦਾ ਕਿ ਯਾਰ ਉਸ ਦੋ ਦੇ ਕਿੰਨਾ ਜ਼ੁਲਮ ਕੀਤਾ ਗਿਆ ਬੇਰਹਿਮ ਲੋਕਾਂ ਨੇ ਚੰਦ ਮੁਠੀ ਪਰ ਲੋਕਾਂ ਨੇ ਖਾਓ ਮੁਸਲਮਾਨਾਂ ਚ ਕਾਲੀਆਂ ਪੇਟਾਂ ਛੁਪੀਆਂ ਸਨ ਹਿੰਦੂਆਂ ਚ ਛੁਪੀਆਂ ਸਨ ਜਾਂ ਸਿੱਖਾਂ ਚ ਉਹਨਾਂ ਨੇ ਬੇਗਨਾ ਜਿਹੜੇ ਨੇ ਉਹਨਾਂ ਨੂੰ ਮਾਰ ਦਿੱਤਾ ਹਾਲਾਂਕਿ ਉਹਨਾਂ ਤੇ ਇਹ ਚਾਹੀਦਾ ਸੀ ਨਾ ਜਿਹੜੀ ਬਣਿਆ ਸੀ ਕਿ ਜੀ ਜਿੰਨੇ ਹਿੰਦੁਸਤਾਨ ਚ ਜਾਣਾ ਉੱਥੇ ਟੁਰਜੋ ਜਿੰਨੇ ਹਿੰਦੁਸਤਾਨ ਦੇ ਵਿੱਚੋਂ ਪਾਕਿਸਤਾਨ ਜਾਣਾ ਚਲੇ ਜਾਓ ਲੇਕਿਨ ਜਿਹੜੇ ਲੁੱਟਾਲਟਾਈ ਜਾਂ ਜਿਹੜੇ ਜ਼ੇਦਬਾਜ਼ੀ ਅਨਾਹ ਪ੍ਰਸਤੀ ਉਹਨਾਂ ਨੇ ਨਹਾਕ ਬੀਬੀਆਂ ਬੱਚਿਆਂ ਬਾਬਿਆਂ ਬਜ਼ੁਰਗਾਂ ਸਭ ਨੂੰ بڑا ਨੁਕਸਾਨ ਪਹੁੰਚਾਇਆ ਅੱਲਾਹ ਤਾਲਾ ਸਭ ਨੂੰ ਆਪਣੇ ਹਿਫਜ਼ੋ ਮਾਂਜ ਰੱਖੇ ਕਿਸੇ ਵੀ ਧਰਮ ਦਾ ਕੋ ਹੈਗਾ ਸਭ ਦੀ ਅੱਲਾਹ ਤਾਲਾ ਹਫਾਜ਼ਤ ਕਰੇ ਔਰ ਨਜ਼ੀਰ ਇਜਾਜ਼ਤ ਦੇ ਔਰ ਆਬ ਰੱਖਾ